ਅਸੀਂ ਸਾਰੇ ਮੈਂ ਸਾਰੇ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹਰ ਬੰਦੇ ਨੂੰ ਸੁਖਾਵੇਂ ਮਾਹੌਲ ਬਣਾਉਣੇ ਚਾਹੀਦੇ ਆ ਤਾਂ ਜੋ 6 ਵਜੇ ਤੋਂ ਬਾਅਦ ਸਭ ਲੋਕ ਇੱਕ ਦੂਜੇ ਨੂੰ ਪਿਆਰ ਭਰੀ ਅੱਖ ਦੇ ਨਾਲ ਦੇਖੇ। ਇਹ ਡੈਮੋਕ੍ਰੇਸੀ ਹੈ, ਹਰ ਬੰਦੇ ਨੂੰ ਇਜਾਜ਼ਤ ਹੈ ਆਪਦੀ ਵੋਟ ਪਾਉਣ ਦਾ। ਸੋ ਇਸ ਗਲੀ ਦੇ ਵਿੱਚ ਦੇਖੋ ਕਾਂਗਰਸ ਵੀ ਰਹਿੰਦੀ ਹੈ, ਆਮ ਆਦਮੀ ਪਾਰਟੀ ਵੀ ਰਹਿੰਦੀ ਹੈ, ਸਾਰੇ ਲੋਕ ਰਹਿੰਦੇ ਇੱਕ ਪਰਿਵਾਰ ਹੈ, ਇੱਕ ਪਰਿਵਾਰ ਹੈ। ਮੈਨੂੰ ਲੱਗਦਾ ਕਿ ਸਭ ਨੂੰ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ। ਸੋ ਇਸੇ ਕਰਕੇ ਉਸ ਭਾਈਚਾਰੇ ਸਾਂਝ ਦੇ ਲਈ ਰਾਜਾ ਬਣੇਗਾ ਜਿੱਥੇ ਅਸੀਂ ਸਾਰੇ ਮੈਂ ਸਾਰੇ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਹਰ ਬੰਦੇ ਨੂੰ ਸੁਖਾਵੇਂ ਮਾਹੌਲ ਬਣਾਉਣੇ ਚਾਹੀਦੇ ਤਾਂ ਜੋ 6 ਵਜੇ ਤੋਂ ਬਾਅਦ ਸਭ ਲੋਕ ਇੱਕ ਦੂਜੇ ਨੂੰ ਪਿਆਰ ਭਰੀ ਅੱਖ ਦੇ ਨਾਲ ਦੇਖੇ। ਇਹ ਡੈਮੋਕ੍ਰੇਸੀ ਹੈ, ਹਰ ਬੰਦੇ ਨੂੰ ਇਜਾਜ਼ਤ ਹੈ ਆਪਦੀ ਵੋਟ ਪਾਉਣ ਦਾ। ਸੋ ਇਸ ਗਲੀ ਦੇ ਵਿੱਚ ਦੇਖੋ ਕਾਂਗਰਸ ਵੀ ਰਹਿੰਦੀ ਹੈ, ਆਮ ਆਦਮੀ ਪਾਰਟੀ ਵੀ ਰਹਿੰਦੀ ਹੈ, ਸਾਰੇ ਲੋਕ ਰਹਿੰਦੇ ਇੱਕ ਪਰਿਵਾਰ ਹੈ, ਇੱਕ ਪਰਿਵਾਰ ਹੈ। ਮੈਨੂੰ ਲੱਗਦਾ ਕਿ ਸਭ ਨੂੰ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ। ਸੋ ਇਸੇ ਕਰਕੇ ਉਸ ਭਾਈਚਾਰੇ ਸਾਂਝ ਦੇ ਲਈ ਰਾਜਾ ਬਣੇਗਾ ਜਿੱਥੇ ਅਸੀਂ ਸਾਰੇ ਮੈਂ ਸਾਰੇ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਹਰ ਬੰਦੇ ਨੂੰ ਸੁਖਾਵੇਂ ਮਾਹੌਲ ਬਣਾਉਣੇ ਚਾਹੀਦੇ ਤਾਂ ਜੋ 6 ਵਜੇ ਤੋਂ ਬਾਅਦ ਸਭ ਲੋਕ ਇੱਕ ਦੂਜੇ ਨੂੰ ਪਿਆਰ ਭਰੀ ਅੱਖ ਦੇ ਨਾਲ ਦੇਖੇ। ਇਹ ਡੈਮੋਕ੍ਰੇਸੀ ਹੈ, ਹਰ ਬੰਦੇ ਨੂੰ ਇਜਾਜ਼ਤ ਹੈ ਆਪਦੀ ਵੋਟ ਪਾਉਣ ਦਾ। ਸੋ ਇਸ ਗਲੀ ਦੇ ਵਿੱਚ ਦੇਖੋ ਕਾਂਗਰਸ ਵੀ ਰਹਿੰਦੀ ਹੈ, ਆਮ ਆਦਮੀ ਪਾਰਟੀ ਵੀ ਰਹਿੰਦੀ ਹੈ, ਸਾਰੇ ਲੋਕ ਰਹਿੰਦੇ ਇੱਕ ਪਰਿਵਾਰ ਹੈ, ਇੱਕ ਪਰਿਵਾਰ ਹੈ। ਮੈਨੂੰ ਲੱਗਦਾ ਕਿ ਸਭ ਨੂੰ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ। ਸੋ ਇਸੇ ਕਰਕੇ ਉਸ ਭਾਈਚਾਰੇ ਸਾਂਝ ਦੇ ਲਈ ਰਾਜਾ ਬਣੇਗਾ ਜਿੱਥੇ ਅਸੀਂ ਸਾਰੇ ਮੈਂ ਸਾਰੇ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਹਰ ਬੰਦੇ ਨੂੰ ਸੁਖਾਵੇਂ ਮਾਹੌਲ ਬਣਾਉਣੇ ਚਾਹੀਦੇ ਤਾਂ ਜੋ 6 ਵਜੇ ਤੋਂ ਬਾਅਦ ਸਭ ਲੋਕ ਇੱਕ ਦੂਜੇ ਨੂੰ ਪਿਆਰ ਭਰੀ ਅੱਖ ਦੇ ਨਾਲ ਦੇਖੇ। ਇਹ ਡੈਮੋਕ੍ਰੇਸੀ ਹੈ, ਹਰ ਬੰਦੇ ਨੂੰ ਇਜਾਜ਼ਤ ਹੈ ਆਪਦੀ ਵੋਟ ਪਾਉਣ ਦਾ। ਸੋ ਇਸ ਗਲੀ ਦੇ ਵਿੱਚ ਦੇਖੋ ਕਾਂਗਰਸ ਵੀ ਰਹਿੰਦੀ ਹੈ, ਆਮ ਆਦਮੀ ਪਾਰਟੀ ਵੀ ਰਹਿੰਦੀ ਹੈ, ਸਾਰੇ ਲੋਕ ਰਹਿੰਦੇ ਇੱਕ ਪਰਿਵਾਰ ਹੈ, ਇੱਕ ਪਰਿਵਾਰ ਹੈ। ਮੈਨੂੰ ਲੱਗਦਾ ਕਿ ਸਭ ਨੂੰ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ। ਸੋ ਇਸੇ ਕਰਕੇ ਉਸ ਭਾਈਚਾਰੇ ਸਾਂਝ ਦੇ ਲਈ ਰਾਜਾ ਬਣੇਗਾ ਜਿੱਥੇ ਅਸੀਂ ਸਾਰੇ ਮੈਂ ਸਾਰੇ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਹਰ ਬੰਦੇ ਨੂੰ ਸੁਖਾਵੇਂ ਮਾਹੌਲ ਬਣਾਉਣੇ ਚਾਹੀਦੇ ਤਾਂ ਜੋ 6 ਵਜੇ ਤੋਂ ਬਾਅਦ ਸਭ ਲੋਕ ਇੱਕ ਦੂਜੇ ਨੂੰ ਪਿਆਰ ਭਰੀ ਅੱਖ ਦੇ ਨਾਲ ਦੇਖੇ। ਇਹ ਡੈਮੋਕ੍ਰੇਸੀ ਹੈ, ਹਰ ਬੰਦੇ ਨੂੰ ਇਜਾਜ਼ਤ ਹੈ ਆਪਦੀ ਵੋਟ ਪਾਉਣ ਦਾ। ਸੋ ਇਸ ਗਲੀ ਦੇ ਵਿੱਚ ਦੇਖੋ ਕਾਂਗਰਸ ਵੀ ਰਹਿੰਦੀ ਹੈ, ਆਮ ਆਦਮੀ ਪਾਰਟੀ ਵੀ ਰਹਿੰਦੀ ਹੈ, ਸਾਰੇ ਲੋਕ ਰਹਿੰਦੇ ਇੱਕ ਪਰਿਵਾਰ ਹੈ, ਇੱਕ ਪਰਿਵਾਰ ਹੈ। ਮੈਨੂੰ ਲੱਗਦਾ ਕਿ ਸਭ ਨੂੰ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ। ਸੋ ਇਸੇ ਕਰਕੇ ਉਸ ਭਾਈਚਾਰੇ ਸਾਂਝ ਦੇ ਲਈ ਰਾਜਾ ਬਣੇਗਾ ਜਿੱਥੇ